ਅਸਲਾਮੁਅਲੈਕੁਮ ਵਾਲੇਕੁਮ ਸਲਾਮ ਕੀ ਹਾਲ ਚਾਲ ਜੀ ਚੰਗਾ ਜੀ ਕੀ ਨਾਮ ਆਪਣਾ ਅਬਦੁਲ ਕਰੀਮ ਅਬਦੁਲ ਕਰੀਮ ਸਾਹਿਬ ਤੁਹਾਡੇ ਅੱਬਾ ਜੀ ਦਾ ਕੀ ਨਾਮ ਜੋਸਫ ਹਾਜੀ ਕਹਿੰਦੇ ਹਾਜੀ ਕਰ ਅੱਛਾ ਤੇ ਆਪਣੀ ਕੌਮ ਕਿਹੜੀ ਆ ਜੱਟ ਜੱਟ ਤੇ ਗੋਤ ਗੋਤ ਧਨੇਸਰ ਹਾਂਜੀ ਧਨੇਸਰ ਧਨੇਸਰ ਇਸ ਵਕਤ ਤੁਸੀਂ ਕਿਹੜੇ ਪਿੰਡ ਬੈਠੇ ਹੋ ਹੁਣ ਇਸ ਵਜ੍ਹਾ ਢੋਲਣ ਢੋਲਣ 337 337 ਢੋਲਣ ਹਾਂ ਅੱਛਾ ਤੇ ਇਹ ਦੱਸੋ ਵੀ ਆਪਣਾ ਪਿੱਛੇ ਪਿੰਡ ਕਿਹੜਾ ਸੀਗਾ ਬਲੀਵਾਲ ਬਲੀਵਾਲ ਹਾਂ ਯਾਨੀ ਬਲੀਵਾਲ ਉਹਦੇ ਆਂਢ ਗੁਆਂਢ ਕੋਈ ਦੋ ਚਾਰ ਪਿੰਡਾਂ ਦੇ ਨਾਂ ਦੱਸੋ ਤਾਂ ਕੂਮ ਹਾਂ ਰਤਨਗੜ ਅੱਛਾ ਮਿਆਣੀ ਜੌੜਿਆਂ ਅੱਛਾ ਬੂਸਗੜ ਇਹ ਆਲੇ ਦੁਆਲੇ ਪਿੰਡ ਤੇ ਅੱਛਾ ਹਾਂ ਕੂਮ ਇਹ ਕੂਮ ਕਿੰਨਾ ਦੂਰ ਸੀ ਤੁਹਾਡੇ ਪਿੰਡ ਤੋਂ ਦੋ ਜ਼ਮੀਨ ਤਾਂ ਨਾਲੇ ਲੱਗਦੀ ਸੀ ਅੱਛਾ ਡੇਢ ਕੁ ਮੀਲ ਦਾ ਫੈਸਲਾ ਤਾਂ ਫਿਰ ਉੱਥੋਂ ਰਾਜਾਂ ਦੀ ਕੂਮ ਅਤੇ ਫਿਰ ਹੀਰਾਂ ਦੀ ਮਾਨਗੜ੍ਹ ਤਾਂ ਅੱਛਾ ਉਹ ਢਾਏ ਵਰਨ ਚਲੇ ਜਾਂਦੇ ਹਾਂ ਅੱਛਾ ਇਹ ਦੱਸਾਂ ਵੀ ਜਿਹੜਾ ਤੁਹਾਡਾ ਪਿੰਡ ਸੀਗਾ ਹਾਂ ਇਹ ਸਾਰਾ ਮੁਸਲਮਾਨਾਂ ਦਾ ਪਿੰਡ ਸੀ ਮੁਸਲਮਾਨਾਂ ਦਾ ਉੱਥੇ ਇੱਥੇ ਚਮਾਰ ਵਿੱਚ 100 ਘੱਟ ਦਾ ਚਮਾਰ ਆਉਂਦਾ ਹੋ ਮੈਨੂੰ ਪਤਾ ਠੀਕ ਆ ਸਿਲਕਗਾਰੀ ਸਿਲਕਗੜ ਵਿੱਚ ਬਾਜੀਗੜ ਵਿੱਚ ਅੱਛਾ ਬਸ ਇਹ ਜੱਟਾਂ ਦੀ ਅਤੇ ਜੱਟਾਂ ਦੇ ਕਿੰਨੇ ਘਰ ਸੀਗੇ ਜੱਟ ਸਾਰਾ ਹੀ 800-900 ਘਰ ਸਾ ਜੱਟਾਂ ਦਾ ਇੰਨੇ ਤਕੜਾ ਪਿੰਡ ਸੀਗਾ ਹਾਂ ਪਿੰਡ ਅਤੇ ਫਿਰ ਉੱਥੇ ਮਸਜਿਦ ਵੀ ਹੋਣੀ ਬੜੀ ਸਾਰੀ ਤਿੰਨ ਮਸਜਿਦਾਂ ਦੀ ਤਿੰਨ ਮਸਜਿਦਾਂ ਸੀਗੀਆਂ ਪੱਕੀਆਂ ਪੱਕੀਆਂ ਅੱਛਾ ਪਿੰਡ ਵਿੱਚ ਜਿਵੇਂ ਖੂਹ ਹੁੰਦੇ ਤੁਹਾਡੇ ਪਿੰਡ ਖੂਹ ਵੀ ਸੀਗਾ ਹਾਂ ਖੂਹ ਆਲੇ ਦੁਆਲੇ ਬਹੁਤ ਖੂਹ ਤੇ ਲਾਇਆ ਹਲਟ ਚੱਲਦੇ ਤੇ ਅੱਛਾ ਮੱਕੀਆਂ ਬੀਜਦੇ ਤੇ ਕਣਕਾਂ ਬੀਜਦੇ ਤੇ ਖੂਹਾਂ ਦਰਿਆ ਪਾਣੀ ਉੱਠ ਰੁਕ ਆ ਜਾਂਦਾ ਸੱਤ ਲੋਕ ਦਾ ਅੱਛਾ ਕੰਢੇ ਬੈਠੇ ਤੇ ਨਾ ਤਾਂ ਪਾਰਲੀ ਬਗੇ ਜਲੰਧਰ ਦਾ ਲੁਧਿਆਣਾ ਦਾ ਅੱਛਾ ਤੇ ਤੁਹਾਡੇ ਪਿੰਡ 'ਚ ਤੁਹਾਨੂੰ ਆਪਣਾ ਘਰ ਯਾਦ ਆ ਕਿੱਥੇ ਕਰਕੇ ਤੁਹਾਡਾ ਘਰ ਸੀਗਾ ਹਾਂ ਜੀ ਕਰਨੀ ਵੱਲ ਤਾਂ ਸਾਡਾ ਘਰ ਹੈ ਛਿਪਦੀ ਵੱਲ ਨੂੰ ਛਿਪਦੀ ਵੱਲ ਨੂੰ ਹਾਂ ਪਹਿਲਕਣ ਸੀ ਕੋਲ ਮਸੀਤ ਸੀ ਅੱਛਾ ਕੋਲ ਸਾਡਾ ਮਾਲ ਦੀ ਹੋਈ ਸੀ ਪਸ਼ੂ ਪਸ਼ੂ ਬੰਨਦੇ ਸੀ ਅੱਛਾ ਕਿੰਨੇ ਕੁ ਮਾਲ ਰੱਖਿਆ ਸੀਗਾ ਮਾਲ 6-15-20 ਪਸ਼ੂ ਮੈਸਾਂ ਗਾਈਆਂ ਬਹੁਤ ਅੱਛਾ ਚਾਚੇ ਤੇ ਮੇਰੇ 3-4 ਉਹ ਖੇਤੀ ਕਰਦੇ ਤੇ ਫਿਰ ਤਾਂ ਘਰ ਵੀ ਬੜਾ ਤਕੜਾ ਸਾਰਾ ਬਣਿਆ ਹਾਂ ਘਰ ਵੀ ਬਹੁਤ ਬਣੇ ਕਿੰਨੇ ਕਮਰੇ ਹੋਣੇ ਕਮਰੇ ਹਵੇਲੀ 'ਚ ਤੇ ਜਿੱਥੇ ਮਾਲ ਪਸ਼ੂ ਦਾ ਉੱਥੇ 4-5 ਤੇ ਜੇ ਘਰ ਤੇ ਉੱਥੇ 3 ਤੇ 4 ਪੱਕੇ ਸੀ ਕਮਰੇ ਕੱਚੇ ਪੱਕੇ ਸੀ ਮੈਂ ਉੱਥੇ ਠੋਕਰਾਂ ਵਿੱਚ ਤੇ ਮਕਾਨ ਸਨ ਜੋ ਉੱਥੇ ਜੀ ਠੋਕਰ ਸੀ ਠੋਕਰ ਪੈਂਦੀ ਸੀ ਹਰੇਕ ਸੀਰੀ ਹੇਠਾਂ ਅੱਛਾ ਆਪਣੇ ਪਿੰਡ ਦੇ ਜਿਹੜੇ ਜਿਹੜੇ ਨੰਬਰਦਾਰ ਜਾਂ ਚੌਧਰੀ ਸੀਗੇ ਹਾਂ ਕਿਸੇ ਦਾ ਨਾਂ ਯਾਦ ਪੈਂਦਾ ਹਾਂ ਕੀ ਨਾਂ ਸੀ ਰੋਸੀ ਹਾਂਜੀ ਬੈਂਬਰ ਦਾ ਜਿਹੜਾ ਰੋਸੀ ਦਾ ਅੱਛਾ ਇੱਕ ਬੂਟਾ ਇਹ ਬੈਂਬਰ ਦੇ ਦੋ ਇਹ ਸਰਦਾਰ ਸੀਗੇ ਨਹੀਂ ਜ਼ਿਮੀਦਾਰ ਤਾਂ ਜੱਟ ਤੇ ਅੱਛਾ ਹਾਂ ਤੁਹਾਡੇ ਜੈਲਦਾਰ ਮੁਹੰਮਦ ਦਾ ਅੱਛਾ ਜੈਲਦਾਰ ਮੁਹੰਮਦ ਦਾ ਫਿਰ ਪਿੰਡ ਵਿੱਚ ਸਕੂਲ ਵੀ ਹੋਣਾ ਸਕੂਲ ਵੀ ਤਾਂ ਕਿੰਨਾ ਪ੍ਰਾਇਮਰੀ ਸੀਗਾ ਕਿ ਮਿਡਲ ਸੀਗਾ ਇਹ ਪਤਾ ਨਹੀਂ ਪੰਜਾਂ ਜਮਾਤਾਂ ਤੋਂ ਹੀ ਲਾਭ ਘੁੰਮ ਜਾਂਦੇ ਨੇ ਲੋਕ ਪੜ੍ਹਨ ਅੱਛਾ ਇਹਨੇ ਪੰਜਾਂ ਜਮਾਤਾਂ ਤੱਕ ਦਾ ਸਕੂਲ ਤੁਹਾਡੇ ਪਿੰਡ ਸੀਗਾ ਹਾਂ ਪਿੰਡ ਦਾ ਪੱਕਾ ਅੱਛਾ ਜਿਹੜੇ ਮਾਸਟਰ ਸੀਗੇ ਉੱਥੋਂ ਦੇ ਮੁਸਲਮਾਨ ਸੀਗੇ ਮੁਸਲਮਾਨ ਤੇ ਸਾਰੇ ਹਾਂ ਅੱਛਾ ਇੱਕ ਅਬਦੁਲ ਕਰੀਮ ਇੱਕ ਹੈਦਰ ਹੁਸੈਨ ਦਾ ਅੱਛਾ ਇਹਦਾ ਮਤਲਬ ਇਹ ਕਿ ਫਿਰ ਤੁਸੀਂ ਸਕੂਲ ਜਾਂਦੇ ਰਹੇ ਹਾਂ ਅਸੀਂ ਛੋਟੇ ਛੋਟੇ ਜਾਂਦੇ ਰਹੇ ਕਿੰਨੂ 'ਚ ਪੜ੍ਹਦੇ ਸੀਗੇ ਦੂਸਰੀ ਤੀਸਰੀ 'ਚ ਤੇ ਹੱਟ ਹੁੱਟ ਗਏ ਅੱਛਾ ਕੀ ਵਜ੍ਹਾ ਬਣੀ ਹਟਣ ਦੀ ਬਸ ਐਵੇਂ ਮਾਲ ਪਸ਼ੂ ਚਾਰਦੇ ਤੇ ਮੈਸਾਂ ਠੰਡੀਆਂ ਆਹ ਕੰਮ ਦਾ ਪੜ੍ਹਾਈ ਕੋਈ ਘੱਟ ਸੀ ਜਦ ਉੱਧਰ ਅੱਛਾ ਪੜ੍ਹਾਈ ਨੂੰ ਕੋਈ ਨਹੀਂ ਦੱਸਿਆ ਹੁੰਦਾ ਰੁਝਾਨ ਘੱਟ ਸੀਗਾ ਹਾਂਜੀ ਪੜ੍ਹਾਈ ਦਾ ਰੁਝਾਨ ਘੱਟ ਸੀਗਾ ਹਾਂ ਪੜ੍ਹਾਈ ਦਾ ਰੁਝਾਨ ਦਾ ਮਾਲ ਪਸ਼ੂ ਚਾਰਦੇ ਤੇ ਮਾਸਟਰ ਕਿਤੇ ਕੁੱਟਦੇ ਤਾਂ ਨਹੀਂ ਸੀਗੇ ਕੁੱਟਦੇ ਵੀ ਤੇ ਮਾਰਦੇ ਵੀ ਤੇ ਨਹੀਂ ਜੁਰਮਾਨਾ ਵੀ ਕਰਦੇ ਤੇ ਇਹ ਲਿਖ ਕੇ ਲੈ ਜਾਣਾ ਫਲਾਣੇ ਨਿਆਣੇ ਨਹੀਂ ਆਉਂਦੇ ਫਲਾਣੇ ਜੇ ਜੁਰਮਾਨਾ ਭਰਿਆ ਨਾ ਨਿਆਣੇ ਪੜ੍ਹਨ ਵਾਲਾ ਨੇ ਲੁਧਿਆਣੇ ਅੱਛਾ ਤੁਹਾਡੇ ਪਿੰਡ ਤੁਹਾਡੇ ਜਮਾਤੀਆਂ ਦੇ ਵਿੱਚ ਕੋਈ ਸਿੱਖ ਵੀ ਮੁੰਡੇ ਪੜ੍ਹਦੇ ਹੁੰਦੇ ਸੀਗੇ ਹਾਂ ਸਿੱਖਾਂ ਅਤੇ ਹਿੰਦੂਆਂ ਦੇ ਤੇ ਹਿੰਦੂਆਂ ਦੇ ਸੀਗੇ ਹਾਂ ਅੱਛਾ ਕਿਸੇ ਦਾ ਨਾਂ ਯਾਦ ਪੈਂਦਾ ਆਪਣੇ ਜਮਾਤੀ ਦਾ ਨਹੀਂ ਨਾ ਮੋਹਣਾ ਮੋਹਣ ਦਾ ਹੋਰ ਦਾ ਇੱਕ ਬਾਣੀਆਂ ਦੇ ਮੁੰਡੇ ਦਾ ਉਹਦੇ ਨਾਲ ਜਮਾਤ ਦੇ ਨਹੀਂ ਕਹਿੰਦੇ ਸਾਨੂੰ ਸਾਡੇ ਨਾਲ ਪੜ੍ਹਦੇ ਹੁੰਦੇ ਛੋਟੇ ਛੋਟੇ ਅੱਛਾ ਅੰਮ੍ਰਿਤਸਰ ਉਹਦਾ ਪੇਰ ਅੰਮ੍ਰਿਤਸਰ ਅੰਮ੍ਰਿਤਸਰੀਆ ਦਾ
ਅੱਛਾ ਦੁਕਾਨ ਸੀ ਦੁਕਾਨ ਉਹਨਾਂ ਦੀ ਸੀਗੀ ਹਾਂ ਪਿੰਡ 'ਚ ਚਾਰ ਦੁਕਾਨਾਂ ਦੀਆਂ ਹਿੰਦੂਆਂ ਦੀਆਂ ਅੱਛਾ ਦੁਕਾਨਾਂ ਕਾਹਦੀਆਂ ਸੀਗੀਆਂ ਆਹੀ ਸਿਲਕਟਾਂ ਚਾਹਾਂ ਚਾਹ ਤਾਂ ਜ਼ਿਆਦਾ ਇੰਨੀ ਹੁੰਦੀ ਨਹੀਂ ਸੀ ਆਹੀ ਦਾਲਾਂ ਦੂਲਾਂ ਬਸ ਘੇ ਲੈਂਦੇ ਤੇ ਆਹ ਲੈਂਦੇ ਤੇ ਘੇ ਆਮ ਤੇ ਬੂਹੇ ਤੱਤੇ ਕਰਕੇ ਦੇ ਜਾਣੇ ਅੱਛਾ ਇਹ ਦੱਸੋ ਵੀ ਜਿਹੜਾ ਤੁਹਾਡੇ ਪਿੰਡ 'ਚ ਖੱਤਰੀਆਂ ਦੀਆਂ ਦੁਕਾਨਾਂ ਸੀਗੀਆਂ ਹਾਂਜੀ ਕਿਸੇ ਦਾ ਨਾਂ ਯਾਦ ਪੈਂਦਾ ਆਹੋ ਅੰਬਰਸਰੀਆ ਦਾ ਇੱਕ ਨਾਂ ਇੱਕ ਨਾਂ ਬਲੈਚੀ ਦਾ ਅੱਛਾ ਤੇ ਤੁਹਾਡੇ ਪਿੰਡ ਦੇ ਵਿੱਚ ਖਰਾਸ ਵੀ ਸੀਗਾ ਹਾਂਜੀ ਖਰਾਸ ਖਰਾਸ ਹਾਂ ਹਾਂ ਥਾ ਪਹਿਲਾਂ ਅੱਛਾ ਫਿਰ ਪੱਟ ਪੁੱਟ ਹੋ ਗਿਆ ਚੱਕੀ ਲੱਗ ਗਈ ਚੱਕੀ ਲੱਗ ਗਈ ਕਿਹਨਾਂ ਦਾ ਸੀਗਾ ਉਹ ਹਾਂਜੀ ਉਹ ਚੱਕੀ ਕਿਹਨਾਂ ਨੇ ਲਾਈ ਸੀਗੀ ਉਹ ਲੋਹਾਰ ਤੇ ਹਿੰਦੂ ਅੱਛਾ ਇਹ ਇੱਕ ਮੁਸਲਮਾਨਾਂ ਦਾ ਸਾ ਕੀ ਨਾਂ ਸੀ ਉਸ ਹਿੰਦੂ ਦਾ ਉਹਦਾ ਜੀ ਕਿਰਪਾ ਕੁਰਪਾ ਇਹੋ ਜਿਹਾ ਕਹਿੰਦੇ ਹੁੰਦੇ ਸੀ ਅੱਛਾ ਠੀਕ ਠੀਕ ਕਿਹੜਾ ਲੋਹਾਰ ਦੋ ਮੁਸਲਮਾਨ ਤਾਂ ਉਹ ਫਜਲ ਆਉਂਦਾ ਉਹਦੇ ਨਾਲ ਅੱਛਾ ਇਹ ਤਾਂ ਸਮੇਂ ਤੁਹਾਡੇ ਪਿੰਡ 'ਚ ਕਿਸੇ ਕੋਲ ਰੇਡੀਓ ਸੀਗਾ ਉਸ ਵੇਲੇ ਨਹੀਂ ਰੇਡੀਓ ਕੋਈ ਨਹੀਂ ਤਾਂ ਅੱਜ ਮਸ਼ੀਨਾਂ ਹੋਈਆਂ ਗਾਣੇ ਵਾਲੀ ਉਹਦੇ ਬਾਜੇ ਵਾਲੀ ਤਵੇ ਵਾਲਾ ਜਿਹੜਾ ਬਾਜਾ ਚੱਲ ਹਾਂ ਤੇ ਦਵਾ ਰਿਕਾਰਡ ਲਾਉਂਦੇ ਤੇ ਅੱਛਾ ਉਹ ਤੇ ਮਸ਼ੀਨਾਂ ਬਸ ਤੁਸੀਂ ਸੁਣੇ ਜਾਂਦੇ ਹੁੰਦੇ ਸੀਗੇ ਹਾਂ ਨਿਆਣੇ ਚਲੇ ਜਾਂਦੇ ਤੇ ਸਾਡੇ ਪਿੰਡ 'ਚ ਮਸ਼ੀਨਾਂ ਤੀਆਂ ਲਾ ਰਾਤ ਨੂੰ ਕੋਠਿਆਂ ਬਾਹਰ ਲਾਉਂਦੇ ਹੁੰਦੇ ਤੇ ਅੱਛਾ ਲੋਕ ਚਲੇ ਜਾਂਦੇ ਤੇ ਬਸ ਜਾਂ ਕਬੱਡੀ ਲੋਕ ਖੇਡਦੇ ਤੇ ਕਬੱਡੀ ਖੇਡਦੇ ਸੀਗੇ ਹਾਂ ਤੁਸੀਂ ਵੀ ਖੇਡਦੇ ਸੀਗੇ ਇੱਥੇ ਨਿਆਣੇ ਤੇ ਜਿਉਂ ਛੋਟੇ ਛੋਟੇ ਖੇਡਦੇ ਤੇ ਮਾਲ ਪਸ਼ੂ ਚਾਰਦੇ ਬਾਹਰ ਸਿਆਣੇ ਬਹੁਤ ਖੇਡਦੇ ਹੁੰਦੇ ਤੇ ਰਾਤ ਨੂੰ ਅੱਛਾ ਫਿਰ ਤਾਂ ਤੁਹਾਡੇ ਤਕੜੇ ਕੋਈ ਪਹਿਲਵਾਨ ਵੀ ਹੋਣੇ ਇਲਾਕੇ ਦੇ ਹਾਂ ਪਹਿਲਵਾਨ ਕਈ ਤੇ ਘੁਲਦੇ ਖੇਡਾਂ ਪੈਂਦੀਆਂ ਤੀਆਂ ਅੱਛਾ ਸਿੰਘਾਂ ਪੈਂਦੀ ਅੱਠ ਮਹੀਨੇ ਸਾਡੇ ਪਿੰਡ 'ਚ ਅੱਛਾ ਆਲੇ ਦੁਆਲੇ ਪਿੰਡਾਂ 'ਤੇ ਆ ਕੇ ਘੁੱਟ ਗਏ ਤੇ ਕੋਈ ਉਸ ਵਕਤ ਦੇ ਤਕੜੇ ਪਹਿਲਵਾਨ ਦਾ ਨਾਂ ਯਾਦ ਪੈਂਦਾ ਹੈ ਉਸ ਵਕਤ ਦੇ ਕੋਈ ਤਕੜੇ ਪਹਿਲਵਾਨ ਦਾ ਨਾਂ ਯਾਦ ਪੈਂਦਾ ਹੈਗੇ ਇੱਕ ਨੂਰਾ ਗਨੀ ਮਾਨਾ ਅੱਛਾ ਸ਼ੇਰੂ ਫੱਤੂ ਉਹ ਫੱਤੂ ਘੁਮਾਰ ਤਾ ਉਹ ਸਤਾਜ ਤਾ ਇਹਨਾਂ ਦਾ ਅੱਛਾ ਹਾਂ ਤਾਂ ਬਹੁਤ ਪਹਿਲਵਾਨ ਤਾ ਤੇ ਤੁਹਾਡੇ ਪਿੰਡ ਦੇ ਨੇੜੇ ਤੇੜੇ ਕੋਈ ਬਾਗ ਵੀ ਸੀਗੇ ਬਾਗ ਥਾ ਜੈਲਦਾਰਾਂ ਦਾ ਅੱਛਾ ਸਕੂਲ ਦੇ ਪਿਛਲੀ ਪੱਖੀ ਅੱਛਾ ਬਾਗ ਕਾਹਦਾ ਸੀਗਾ ਆਏ ਮਾਰਕੇ ਸੰਤ ਦੇ ਨਿੰਬੂ ਬਸ ਇਹੋ ਜਿਹੇ ਅੱਛਾ ਤੇ ਕੋਈ ਦਰਬਾਰ ਵੀ ਸੀਗਾ ਨਹੀਂ ਦਰਬਾਰ ਕੋਈ ਨਹੀਂ ਅੱਛਾ ਤੇ ਛੀਆਂ ਤੇ ਫਿਰ ਜਿਹੜੇ ਪਹਿਲਵਾਨ ਆਉਂਦੇ ਸੀਗੇ ਦੂਸਰੇ ਪਿੰਡਾਂ ਤੋਂ ਆਉਂਦੇ ਸੀਗੇ ਕੌਣ ਜੀ ਜਿਹੜੇ ਪਹਿਲਵਾਨ ਆਉਂਦੇ ਸੀਗੇ ਹਾਂ ਦੂਏ ਪਿੰਡਾਂ ਤੇ ਅੱਛਾ ਤੇ ਇਨਾਮ ਕੀ ਦਿੰਦੇ ਸੀ ਜਿੱਤਣ ਵਾਲੇ ਨੂੰ ਇਨਾਮ ਕੋਈ ਰੁਪਈਆ ਕੋਈ ਕਿਵੇਂ ਜਿਹਨੇ ਜਿੱਦਾਂ ਨਾਲ ਇੱਕ ਦੂਏ ਨੇ ਇਨਾਮ ਕੋਈ ਆਪਣੇ ਆਪਣੇ ਬੰਦੇ ਜਿਹੜਾ ਜਿੱਤ ਗਿਆ ਉਹਦੀ ਪਾਰਟੀ ਉਹ ਸਾਡੇ ਆਲ ਮਿਆਣੀ ਰਤਨਗੜ੍ਹ ਬੂਸਗੜ੍ਹ ਜੌਣੇ ਵਾਲ ਇਹ ਆਉਂਦੇ ਹੁੰਦੇ ਤੇ ਛਿੰਝਾਂ ਦੇਖਣ ਛਿੰਝ ਕਹਿੰਦੇ ਤੇ ਅੱਛਾ ਹਾਂ ਅੱਠ ਮਹੀਨੇ ਪੈਂਦੀ ਫਲਾਣੇ ਪਿੰਡ ਪੈਣੀ ਫਲਾਣੇ ਪਿੰਡ ਐਂ ਪੈਂਦੀ ਅੱਛਾ ਇਹਦੇ ਨਾਲ ਤੁਹਾਡੇ ਜਿਹੜਾ ਪਿੰਡ ਤੁਸੀਂ ਦੱਸਿਆ ਵੀ ਉਹ ਬਾਜਾ ਹੁੰਦਾ ਸੀ ਤਵੇ ਵਾਲਾ ਜਿਹਨੂੰ ਬਾਜਾ ਕਹਿੰਦਾ ਸੀਗਾ ਆਹੋ ਇਹਦਾ ਮਤਲਬ ਤੁਹਾਨੂੰ ਫਿਰ ਲੋਕਾਂ ਦਾ ਸ਼ੌਕ ਸੀਗਾ ਬਾਜੇ ਸੁਣਨ ਦਾ ਉੱਥੇ ਹਾਂ ਉਹ ਤਾਂ ਮਸ਼ੀਨਾਂ ਲਾਉਂਦੇ ਤੇ ਉੱਪਰ ਸੂਈਆਂ ਰਿਕਾਟ ਅੱਛਾ ਹਾਂ ਇਹ ਢੋਲ ਵੀ ਵਜਾਉਂਦੇ ਤੇ ਜਾਂ ਛਿੰਝਾਂ ਪੈਂਦੀਆਂ ਹੁੰਦੀਆਂ ਅੱਛਾ ਢੋਲ ਫਿਰ ਤਾਂ ਗਵੱਈਏ ਵੀ ਆਉਂਦੇ ਹੋਣਗੇ ਹਾਂਜੀ ਗਵੱਈਏ ਆਉਂਦੇ ਸੀਗੇ ਤੁਹਾਡੇ ਪਿੰਡ ਗਵੱਈਏ ਵੀ ਆਉਂਦੇ ਤੇ ਕੋਈ ਨਾਂ ਯਾਦ ਪੈਂਦਾ ਉਸ ਵਕਤ ਦਾ ਗਵੱਈਆ ਹਾਂ ਸਾਡੇ ਜੀ ਕਰਾਗੀ ਅੱਛਾ ਜਲੰਧਰ ਦੇ ਜ਼ਿਲ੍ਹੇ ਦੇ ਔਰ ਗਰੁੱਪ ਤੇ ਸੁਣਦੇ ਹੁੰਦੇ ਸੀ ਤੁਸੀਂ ਹਾਂ ਸੁਣਦੇ ਹਾਂ ਸੁਣੇ ਆ ਕੋਈ ਯਾਦ ਆਉਂਦਾ ਉਹਦਾ ਗਾਇਆ ਰਾਗ ਰੂਗ ਯਾਦ ਹੈਗਾ ਨਹੀਂ ਜੀ ਕੋਈ ਸਾਡੇ ਯਾਦ ਨਹੀਂ ਇੱਕ ਸੇਖਿਆ ਤਾਂ ਲੁਧਿਆਣੇ ਦੇ ਨਾਲ ਉੱਥੇ ਗਈ ਹੈ ਤਾਂ ਲੁਧਿਆਣੇ ਦੇ ਨਾਲ ਸੇਖਿਆ ਤਾਂ ਪਿੰਡ ਹੈ ਗਵੱਈਏ ਦਾ ਬਥੇਰੇ ਤੇ ਨਕਲੀ ਬਥੇਰੇ ਤੇ ਕੋਈ ਨਕਲੀ ਦਾ ਨਾਂ ਯਾਦ ਪੈਂਦਾ ਨਹੀਂ ਉਹਦਾ ਨਹੀਂ ਨਾਂ ਅੱਛਾ ਨਕਲੀਆਂ ਜਦ ਤਾਂ ਇਹੀ ਗਾਣੇ ਗੁਣੇ ਤੇ ਤੇ ਲੁਧਿਆਣੇ ਕਦੀ ਗਏ ਸੀਗੇ ਹਾਂ ਜੀ ਗਏ ਹਾਂ ਗੱਡਿਆਂ ਵੀ ਜਾਂਦੇ ਰਹੇ ਕਣਕ ਦੇ ਗੱਡੇ ਲੈ ਕੇ ਅੱਛਾ ਉੱਪਰ ਚਲੇ ਜਾਣਾ ਅਸੀਂ ਮੁੰਡੇ ਖੁੰਡੇ ਹੁੰਦੇ ਨਿਆਣੇ ਅਸੀਂ ਗੱਡੀ ਕਰਕੇ ਬਹਿ ਜਾਣਾ ਠੀਕ ਲੁਧਿਆਣੇ ਜਾ ਆਇਆ ਸ਼ਹਿਰ ਦੇਖਣ ਚੱਲੇ ਹਾਂ ਸ਼ਹਿਰ ਅੱਛਾ ਇੱਕ ਦਿਨ ਜਾਣਾ ਜੋਹਰ ਪਹਿਲਾਂ ਤੇ ਤਾਜ ਭਰਾ ਦਾ ਰਸਤੇ 'ਚ ਅੱਛਾ ਉੱਥੇ ਰਾਤ ਕੱਟਣੀ ਲੋਕਾਂ ਨੇ ਗੱਡੇ ਫਿਰ ਬਾਂਗ ਬੀੜੀ ਨੇ ਧੁੱਪੇ ਆਣੇ ਚਲੇ ਜਾਣਾ ਅੱਛਾ ਉਹ ਗੱਡੇ ਜੋੜ ਲੈਣੇ ਫਿਰ ਉੱਥੇ ਕਣਕ ਕੁਣਕ ਵੇਚਣੀ ਵੇਚ ਕੇ
ਫਿਰ ਸ਼ਾਮ ਨੂੰ ਫਿਰ ਤੁਰ ਪੈਣਾ, ਉਹਨਾਂ ਨੇ ਪੈਸੇ ਦੇ ਦੇਣੇ, ਉਵੇਂ ਤੁਰ ਪੈਣਾ ਇਸ਼ਾ ਵੇਲਾ ਨੂੰ ਘਰ ਆ ਪੜਨਾ, 12 ਕੋਲ ਤਾਂ ਸਾਡੇ ਪਿੰਡ ਦੇ ਲੁਧਿਆਣਾ। ਇਹ ਦੱਸੋ ਵੀ ਜਦੋਂ ਉਜਾੜੇ ਪਏ ਸੀਗੇ ਉਸਲੇ ਤੁਹਾਡੀ ਉਮਰ ਕਿੰਨੀ ਕੁ ਸੀਗੀ? ਅਸੀਂ 18-19 ਸਾਲ ਦੇ ਸੀ, 18 ਦੇ 17 ਦਾ ਇੱਥੇ ਤੇ, ਮਤਲਬ ਫਿਰ ਤਾਂ ਤਕੜੀ ਹੋਸ਼ ਸੀ। ਹਾਂ ਹੋਸ਼ ਸੀ। ਠੀਕ ਆ, ਤੁਸੀਂ ਸਾਨੂੰ ਇਹ ਦੱਸ ਸਕਦੇ ਵੀ ਉਸ ਵਕਤ ਦਾ ਤੁਹਾਨੂੰ ਕੀ ਯਾਦ ਪੈਂਦਾ ਵੀ ਉਸਲੇ ਕੀ ਹੋਇਆ ਸੀ ਤੁਹਾਡੇ ਪਿੰਡ? ਕੋਈ ਜੱਥਾ ਪਿਆ ਸੀਗਾ? ਪਹਿਲਾਂ ਤਾਂ ਪਹਿਰੇ ਲੱਗਦੇ ਸੀ ਆਲ ਦੁਆਲੇ। ਅੱਛਾ। ਜੈਲਦਾਰ ਲਵਾਉਂਦੇ ਸੀ ਬੰਦਿਆਂ ਦੇ। ਅੱਛਾ। ਪਹਿਰੇ ਲਾ ਲੂ ਕੇ ਫਿਰ ਜੋ ਹੱਲਾ ਬਹੁਤਾ ਪੈ ਗਿਆ ਫਿਰ। ਅੱਛਾ। ਫਿਰ ਉਸੇ ਇੱਕ ਚੜ੍ਹ ਕੇ ਆ ਗਿਆ 2:30 ਵਜੇ, ਜਦ ਦੇਖੇ ਪਿੰਡ ਉਤਰੇ, ਇੱਕ ਸਾਡੇ ਪਿੰਡ ਦਾ ਫੱਤਾ ਤਾਂ ਉਹ ਮਾਰਿਆ। ਅੱਛਾ। ਦੁਨੀਆਂ ਭੱਜ ਗਈ ਸਾਰੀ, ਮੰਡਪਾਂ ਨੂੰ, ਸਤਲੁਜ ਦਰਿਆਵਾਂ 'ਚ ਛਾਲਾਂ ਮਾਰੀਆਂ ਬੁੜੀਆਂ ਨੇ, ਹੋਰ ਫੌਜੀ ਦੇ ਸਰਦਾਰ ਘਵਾਣੀਆਂ ਕੂਨ ਦਾ, ਮਨੀਸ਼ ਦਾ, ਹੋਰ ਅਤੇ ਸਾਡੇ ਪਿੰਡ ਦੇ ਵਿੱਚ ਅੱਬੂ ਦਾ, ਹੋਰ ਦਾ ਰਫਲਾਂ ਲੈ ਖੜ ਗਿਆ। ਅੱਛਾ। ਉਹ ਸਿੱਖਾਂ ਦੇ ਫੈਰ ਕੀਤੇ ਉਹਨਾਂ ਨੇ, ਸਫੀ ਦਾ ਮਾਨਗੜ ਦਾ। ਅੱਛਾ। ਫੈਰ ਕੀਤੇ ਬਜ਼ੁਰਗਾਂ ਥੀਆਂ 15-20, ਫੈਰ ਕਰਕੇ ਪਿੱਛੇ ਮੁੜ ਗਏ। ਅੱਛਾ। ਫਿਰ ਉੱਥੋਂ ਦੁਨੀਆਂ ਉੱਠੀ, ਲੁਧਿਆਣੇ ਚਲੇ ਗਏ। ਅੱਛਾ। ਹਾਂ, ਉੱਥੇ ਕੰਮ ਪੈ ਲੱਗ ਗਏ। ਅੱਛਾ। ਦੂਏ ਦਿਨ ਉੱਥੇ ਵੀ ਚਲੇ ਗਏ। ਅਤੇ ਜਦੋਂ ਫਿਰ ਲੁਧਿਆਣੇ ਕੈਂਪ 'ਚ ਚਲੇ ਸੀਗੇ, ਹਾਂ, ਘਰ 'ਚੋਂ ਸਾਰਾ ਸਮਾਨ ਲੈ ਗਏ ਸੀ ਤੁਸੀਂ? ਨਹੀਂ, ਸਾਡੇ ਛੁੱਟ ਗਏ ਸੀ ਉਹ। ਗੱਡਿਆਂ ਪਰ ਲੈ ਗਿਆ ਖਾਣ ਪੀਣਾ, ਇੰਨਾ ਸਮਾਨ ਚੱਕ ਹੁੰਦਾ ਸੀ। ਅੱਛਾ। ਹਾਂ, ਜਿੰਨਾ ਚੱਕ ਹੁੰਦਾ ਸੀ। ਹਾਂ, ਖਾਣ ਪੀਣੇ ਮੰਜੇ ਲੈ ਗਿਆ ਬਸ। ਹਾਂ, ਵਿੱਚ ਲੈ ਗਿਆ, ਵਿੱਚ ਉੱਥੇ ਛੱਡ ਗਏ। ਅੱਛਾ। ਉਵੇਂ ਚੱਲ ਗਏ। ਅਤੇ ਤੁਹਾਡੇ ਵਡਾਰੋ ਕੀ ਸੋਚਦੇ ਸੀਗੇ ਉਸ ਵਕਤ ਜਿਹੜੇ ਹੱਲੇ ਗੁੱਲੇ ਹੁੰਦੇ ਪਏ ਸੀਗੇ? ਵਡਾਰੋ ਹੱਲੇ ਨੇ ਕਹਿੰਦਾ ਹੱਲਿਆ ਤਾਂ ਰਾਖੀ ਰੁਖੀ ਕਰਦੇ ਤੇ ਪਹਿਰੇ ਲੱਗਦੇ ਤੇ ਬਸ। ਨਹੀਂ, ਜਦੋਂ ਘਰ ਛੱਡਣਾ ਪੈ ਗਿਆ। ਹਾਂ, ਫਿਰ ਛੱਡ ਗਏ ਜਾਂਦੇ, ਜਿਹੜੀ ਸਾਇਆਂ ਦੀ ਉਹੋ ਜਿਹੀਆਂ ਟੂਮਾਂ ਇਹੋ ਜਿਹਾ ਪੈਸਾ ਚੱਕ ਲਿਆ, ਕਣਕ ਕੁਣਕ ਦੇ ਦੋ ਥੈਲੇ ਰੱਖ ਲਏ, ਜੋੜ ਲੈ ਕੱਢੇ। ਅੱਛਾ। ਮੰਡਪਾਂ ਨੂੰ ਲੈ ਗਏ ਅਤੇ ਉਹ ਮੰਡੇ ਚਲੇ ਗਿਆ। ਸਵੇਰ ਨੂੰ ਹੱਲਾ ਪੈ ਗਿਆ ਸਾਡੇ ਪਿੰਡ ਕੋਲ। ਅੱਛਾ, ਹੱਲਾ ਪੈ ਗਿਆ। ਹਾਂ, ਸਵੇਰ ਨੂੰ ਜਿਹੜੇ ਇੱਥੇ ਪਿੰਡ 'ਚ ਉਹ ਵੀ ਭੱਜ ਗਏ। ਇੱਕ ਬੰਦਾ ਮਾਰਿਆ ਬਸ ਉੱਥੇ, ਕੇ ਆ ਤਾਂ ਸੁੱਤਾ ਉਹ ਵੀ। ਅੱਛਾ। ਉਹਦਾ ਕਿੱਦਾਂ ਪਤਾ ਲੱਗਾ ਤੁਹਾਨੂੰ? ਉਹ ਬੰਦੇ ਥੇ, ਉਹ ਤਾਂ ਭੱਜ ਗਏ। ਬੰਦੇ ਉੱਥੋਂ ਭੱਜ ਗਏ, ਉਹਦੇ ਕੋਲੋਂ ਉਠਾ ਲਿਆ ਨਾ ਸੁੱਤਾ ਪਿਆ, ਬੰਦੇ ਭੱਜ ਗਿਆ, ਫਿਰ ਪਤਾ ਲੱਗਿਆ ਵੀ ਫੱਤਾ ਮਾਰਤਾ ਉਹਦੇ ਜੀ ਚਲੇ ਗਿਆ ਪਹਿਲਾਂ ਲੁਧਿਆਣੇ ਮਾਲਟਾ ਪਿੰਡ 'ਚ ਮਿਹਰਮਾਨ, ਉੱਥੇ ਉੱਥੋਂ ਵੀ ਕੰਪ ਮਨਜ਼ੂਰ ਹੋ ਗਿਆ, ਫਿਰ ਉੱਥੇ ਚਲੇ। ਅੱਛਾ, ਕੈਂਪ 'ਚ ਤੁਸੀਂ ਕਿੰਨਾ ਕੁ ਅਰਸਾ ਰਹਿ ਸਕੇ ਉੱਥੇ? 3 ਮਹੀਨੇ। 3 ਮਹੀਨੇ ਫਿਰ ਆਪਣੇ ਵੱਲੋਂ ਖਾਂਦੇ ਪੀਂਦੇ ਰਹੇ ਜੋ ਲੈ ਗਏ ਸੀਗੇ? ਹਾਂ, ਆਪਣੇ ਖਾਂਦੇ ਰਹੇ, ਆਪਦੇ ਲਿਆਉਂਦੇ ਰਹੇ। ਅੱਛਾ। ਪਿੰਡਾਂ 'ਚ ਉੱਥੇ ਅਨਾਜ ਸਾਥ ਦਿੰਦੇ ਤੇ ਪਿੰਡਾਂ ਵਾਲੇ ਸਾਥ ਦਿੰਦੇ ਸੀਗੇ? ਹਾਂ, ਆਲੇ ਦੁਆਲੇ ਜਿਹੜੇ ਪਿੰਡ ਦੇ, ਹਾਂ, ਉਹਨਾਂ ਦੇ ਅਨਾਜ ਨੂੰ ਥਾ, ਉਹ ਵੀ ਬਾਹਰ ਆ ਗਏ ਤੇ ਕੰਪ 'ਚ, ਉਹ ਵੀ ਕੱਢ ਦਿੱਤੇ ਤੇ ਜਿਹੜੇ ਆਲੇ ਦੁਆਲੇ ਕੰਪ ਦੇ ਪਿੰਡ 'ਤੇ। ਕੰਪ ਤਾਂ 8 ਮੀਲਾਂ 'ਚ ਉੱਧਰ ਫਲੌਰ, ਉਹਦਾ ਦੋਹਾਂ ਜਨੈਲੀ, ਇੱਕ ਜਨੈਲੀ ਅਤੇ ਇੱਕ ਦੂਰ ਸੀ ਰੇਲਵਾ, ਫਲੌਰ 'ਤੇ ਲੰਘਦੀ ਹੁੰਦੀ, ਦੋ ਲੁਧਿਆਣੇ 'ਤੇ ਜਾਂਦਾ ਤਾ ਕੰਪ ਇੰਨਾ ਦਾ ਲੰਮਾ। ਅਤੇ ਉਹ ਕੈਂਪ ਦੀ ਹਿਫਾਜ਼ਤ ਲਈ ਕੋਈ ਫੌਜ ਵੀ ਸੀਗੀ ਉੱਥੇ? ਲੁਧਿਆਣੇ ਪਠਾਣ ਬੈਠੇ ਤੇ। ਅੱਛਾ। ਕਿਲੇ 'ਚ ਕਿਲਾ ਤਾਂ ਲੁਧਿਆਣੇ। ਅੱਛਾ। ਪਠਾਣ 'ਤੇ ਬੈਠੇ ਪਹਿਰੇਦਾਰ। ਅੱਛਾ। ਉਹ ਕਹਿੰਦੇ ਬਾਹਰ ਨਾ ਤੁਸੀਂ ਫੜ ਹੋਇਆ ਇੱਥੇ, ਇੱਟ ਇੱਟ ਕਰ, ਕਹਿੰਦੇ ਲੁਧਿਆਣੇ ਦੀ ਇੱਟ ਇੱਟ ਕਰ ਦਾਂਗੇ, ਬਾਹਰ ਨਾ ਫੜ ਹੋਇਓ, ਬਾਹਰ ਨਾ ਜਾਓ ਬਸ। ਅੱਛਾ। ਹਾਂ, ਤੁਸੀਂ ਫਿਰ ਕਿਲੇ ਦੇ ਵਿੱਚ ਸੀਗੇ? ਕਿਲਾ ਤਾਂ ਸ਼ਹਿਰ 'ਚ ਤਾਂ ਅਸੀਂ ਕੰਪਾਂ 'ਚ ਤੇ। ਅੱਛਾ। ਕੰਪ 'ਚ 8-8 ਮੀਲ ਤਾਂ ਇੱਧਰ ਨੂੰ, 8 ਮੀਲ ਇੱਧਰ ਨੂੰ, 8 ਮੀਲ ਇੱਧਰ ਨੂੰ, 12 ਕੋਲ ਲਾਮ 'ਚ ਤਾਂ। ਅੱਛਾ, ਉੱਥੇ ਫਿਰ ਕੋਈ ਬਿਮਾਰੀ ਤਾਂ ਨਹੀਂ ਫੈਲੀ ਕੈਂਪ ਦੇ ਵਿੱਚ? ਬਿਮਾਰੀ ਵੀ ਫੈਲੀ ਆ, ਬੰਦੇ ਮਰੇ। ਹਾਂ। ਅੱਛਾ। ਫਿਰ ਉਹਨਾਂ ਨੂੰ ਦਫ਼ਨ ਕਰ ਲੈਂਦੇ ਸੀਗੇ? ਹਾਂ, ਖੂਹਾਂ ਪਰ, ਖੂਹਾਂ ਦੀਆਂ ਪੈੜਾਂ ਦੀਆਂ। ਅੱਛਾ। ਉੱਥੇ ਦੱਬੇ ਆ ਆਪਾਂ, ਕਈ ਬੰਦੇ ਬਹੁਤ ਮਰੇ। ਅੱਛਾ। ਜਦੋਂ ਤੁਸੀਂ ਉੱਜੜੇ ਸੀਗੇ ਪਿੰਡ ਵਿੱਚੋਂ ਘਰੋਂ ਨਿਕਲੇ ਆ, ਹਾਂ, ਤੁਸੀਂ ਕਿੰਨੇ ਜੀਅ ਸੀਗੇ ਘਰੋਂ ਨਿਕਲੇ ਜਦੋਂ? ਜੈਸੇ ਅਸੀਂ 8-10 ਜੀਅ ਤੇ, 10-12-13। ਉਹਨਾਂ ਦੇ ਨਾਂ ਤਾਂ ਦੱਸੋ ਭਲਾ। ਉਹਨਾਂ ਦੇ ਨਾਂ, ਇੱਕ ਨਾਂ ਮੂਸਾ ਦਾ, ਇੱਕ ਨਾਂ ਯੂਸਫ, ਮੇਰੇ ਬਾਪ ਨਾਲ ਯੂਸਫ ਦਾ, ਇੱਕ ਨਾਂ ਰਹਿਮਤ ਦਾ, ਹੈਂ,
ਦਾਦੀ ਸੀ ਸਾਡੀ ਚੰਦਾ ਹੈਂ ਬਾਬਾ ਸਾਡਾ ਉੱਥੇ ਹੀ ਮਰ ਗਿਆ ਤਾ ਨਹੀਂ ਆਪਣੇ ਆਈ ਨਾ ਮਰ ਗਿਆ ਸੀ ਜਾਂ ਉਦਾਂ ਉਹ ਊਂ ਬਿਮਾਰ ਹੋ ਗਈ ਮੈਂ ਥਮੈਲ ਤਾਂ ਉਹਦੇ ਨਾਲ ਅੱਛਾ ਹਾਂ ਉਹ ਸਾਡਾ ਮਹੱਲਾ ਦਾ ਘਰ ਬਹੁਤ ਤੇ ਤੇ ਨਾਨਕੇ ਕਿੱਥੇ ਸੀਗੇ ਆਪਣੇ ਨਾਨਕੇ ਵਿੱਚੇ ਦੇ ਬਲੀਵਾਲ 'ਚ ਮੇਰਾ ਬਾਪ ਉੱਥੇ ਵਿਆਹ ਦੇ ਵਿੱਚ ਕੀ ਨਾਂ ਸੀ ਆਪਣੇ ਨਾਨੇ ਦਾ ਫਤਿਹ ਮਾਮਨ ਨਾਨੀ ਨਾਨੀ ਨਾ ਜੀ ਮੈਨੂੰ ਇੰਨਾ ਨਹੀਂ ਪਤਾ ਅੱਜ ਭੁੱਲ ਗਿਆ ਹਾਂ ਅਤੇ ਮਾਮੇ ਮਾਮੇ ਦੋ ਅਤੇ ਫਤਿਹ ਯਾਰ ਫੌਜ ਅੱਛਾ ਅਤੇ ਮਾਸੀਆਂ ਮਾਸੀ ਕੋਈ ਨਹੀਂ ਮਾਸੀ ਕੋਈ ਨਹੀਂ ਅੱਛਾ ਉਹ ਵੀ ਫਿਰ ਤੁਹਾਡੇ ਨਾਲ ਹੀ ਜਿਹੜੇ ਕਿ ਆ ਗਏ ਨਾਲ ਹਾਂ ਇੱਥੇ ਹੀ ਆ ਬੈਠੇ ਆ ਇੱਥੇ ਹੀ ਬੈਠੇ ਆ ਅੱਛਾ ਕੈਂਪ 'ਚ ਹੁਣ ਕਿੰਨੇ ਇਕੱਲੇ ਇਕੱਲੇ ਬੈਠੇ ਆ ਹਾਂ ਅੱਛਾ ਕੈਂਪ 'ਚ ਤੁਸੀਂ ਰਹੇ 3 ਮਹੀਨੇ ਹਾਂ 3 ਮਹੀਨੇ ਉੱਥੋਂ ਫਿਰ ਜਦੋਂ ਤੁਸੀਂ ਕੈਂਪ 'ਚੋਂ ਉੱਠੇ ਆ ਗੱਡੀਆਂ 'ਤੇ ਅੱਗੇ ਆਏ ਜਾਂ ਰੇਲ ਗੱਡੀ 'ਤੇ ਆਏ ਸੀਗੇ ਗੱਡੀਆਂ 'ਤੇ ਆਏ ਆ ਕੰਮ 'ਚ ਤੁਰ ਕੇ ਅੱਛਾ 5 ਦਿਨ ਲੰਘੇ ਗੰਡੇ ਸਿਆਂ ਦਾ ਆਪਾਂ ਅੱਛਾ ਗੰਡੇ ਸਿਆਂ 5 ਦਿਨ ਲੰਘੇ ਤੁਸੀਂ 5 ਦਿਨ ਗੱਡਾ ਕੇ ਸਵਾ ਤਾ ਬਹੁਤ ਗੱਡੇ 'ਤੇ ਅਤੇ ਉਹ ਉੱਧਰ ਤੁਰ ਪੈਂਦੇ ਤੇ ਗੱਡੇ ਉੱਧਰ ਉੱਠ ਕੱਢਦਾ ਕੰਪ ਤਾਂ ਜਾ ਕੇ ਲੱਗੇ ਤੇ 5 ਦਿਨ ਅਤੇ ਇਸੇ 5 ਦਿਨਾਂ ਦੇ ਵਿੱਚ ਰਾਹ 'ਚ ਕਿਸੇ ਸਿੱਖਾਂ ਨੇ ਹਮਲਾ ਤਾਂ ਨਹੀਂ ਕੀਤਾ ਨਹੀਂ ਰਾਹ 'ਚ ਪਰ ਰੋਜ਼ ਪਰ ਉੱਥੇ ਖੋਈਆਂ ਬੱਕਰੀਆਂ ਬੱਕਰੀਆਂ ਅੱਛਾ ਲੋਕ ਆਲੇ ਦੁਆਲੇ ਹੋ ਗਏ ਲਾਠੀਆਂ ਲੈ ਕੇ ਵੀ ਅੱਛਾ ਹਾਂ ਪਰ ਰੋਜ਼ ਪਰ ਦਾ ਕਿਲਾ ਉੱਥੇ ਅਤੇ ਕੋਈ ਕੁੜੀਆਂ ਤਾਂ ਨਹੀਂ ਖਿੱਚੀਆਂ ਨਹੀਂ ਨਹੀਂ ਅੱਛਾ ਕੁੜੀਆਂ ਨਹੀਂ ਪੈਂਦੇ ਤੇ ਲੋਕ ਹੋ ਗਏ ਆਲੇ ਦੁਆਲੇ ਅੱਛੇ ਕਾਰਡ ਨਹੀਂ ਦਿੱਤੇ ਵੈਲਿਡਿਟੀ ਆ ਗਈ ਫਿਰ ਅੱਛਾ ਮੁਸਲਮਾਨਾਂ ਦੀ ਨਾਲ ਮਿਲਟਰੀ ਕਿੱਥੇ ਕਰਕੇ ਆਈ ਸੀਗੀ ਫਿਰੋਜ਼ਪੁਰ ਦੇ ਕੋਲੇ ਟੱਪ ਕੇ ਜਦ ਹੱਲਾ ਪਿਆ ਫਿਰ ਮਿਲਟਰੀ ਜਦੇ ਆ ਗਏ ਨਹੀਂ ਹੱਲੇ ਵਾਲੀ ਗੱਲ ਸੁਣਾਓ ਨਾ ਕਿਤੇ ਹੱਲਾ ਕਿੱਦਾਂ ਪਿਆ ਉੱਥੇ ਹੱਲਾ ਭਾਈ ਲਈ ਆਉਂਦੇ ਤਾਂ ਬੱਕਰੀਆਂ ਬੁੱਕਰੀਆਂ ਕੋਣ ਲੱਗ ਪਏ ਐਂ ਕਰਨ ਲੱਗ ਪਏ ਵੀ ਮਾਲ ਪਸ਼ੂ ਖੋਹ ਲਈਏ ਗੱਡੇ ਲਿਖਾ ਲਈਏ ਗਾਂ ਗੰਡੇ ਸਾਂ ਦਾ ਪੋਲਾ ਫਿਰ ਪਿੱਛੋਂ ਆਈ ਪਠਾਨ ਉਹਨਾਂ ਨੇ ਫਿਰ ਘਲਾਇਆ ਫਾਟਕ ਖੋਲ੍ਹੋ ਮਿਲਟਰੀ ਫੌਜ ਮਿਲਟਰੀ ਆਪਣੀ ਐਂ ਖੋਲ੍ਹ ਕੇ ਫਿਰ ਉਹ ਬੈਠੀ ਰਹੀ ਮਿਲਟਰੀ ਲੰਘੀ ਗਏ ਸੀ ਸਾਧਰੇ ਬੈਠੇ ਰਹੇ ਉੱਪਰ ਲਾਹੌਰ ਫਿਰ ਗਾਂ ਜਾ ਕੇ ਬੈਠੇ ਰਹੇ ਨਹੀਂ ਕਸੂਰ ਜੀ ਗੰਡਾ ਸਿੰਘ ਤੋਂ ਸਾਧਰੇ ਤੇ ਬਸ ਕੋਈ ਕਿਤੇ ਆ ਗਿਆ ਡੈਰ ਪਰ ਕੋਈ ਕਿਤੇ ਗੱਡੇ ਲੈ ਕੇ ਉੱਥੇ ਬੈਠੇ ਰਹੇ 10-15-20 ਦਿਨ ਕੋਈ ਬੈਠੇ ਰਹੇ ਕੋਈ ਆ ਗਿਆ ਦੂਜੇ ਦਿਨ ਗੱਡੇ ਤੁਰ ਪਏ ਕੋਈ ਕਿਤੇ ਨਹੀਂ ਤੁਰ ਪਏ ਕਿਤੇ ਨਹੀਂ ਤੁਰ ਪਏ ਬਸ ਆਹ ਗੱਲ ਸੀ ਇੱਧਰ ਇੱਧਰ ਨਹੀਂ ਆ ਗਏ ਸਾਡੇ 30-40 ਘਰ ਆਏ ਜਿਹੜੇ ਇੱਥੇ ਆ ਇਹ ਗੱਡੇ ਇੱਧਰ ਨਹੀਂ ਆ ਗਏ ਹਾਂ ਆਏ ਆਏ ਸਭ ਢੋਲਣ ਨਹੀਂ ਪਏ ਅਸੀਂ ਆ ਗਏ ਉੱਥੋਂ ਉੱਠ ਕੇ ਅੱਛਾ ਚਾਹ ਦੇ ਫਿਰ ਦੇਖਿਆ ਫਿਰ ਫੈਸਲਾਬਾਦ ਆ ਗਏ ਫੈਸਲਾਬਾਦ 'ਤੇ ਫਿਰ ਅਤੇ ਗੱਡੇ ਕੋਈ 6 ਰੋਂ ਰੋਕ ਗਏ ਕੋਈ 19 'ਚ ਰੋਕ ਗਏ ਕੋਈ ਇੱਥੇ ਜ਼ਮੀਨਾਂ ਪੈ ਗਈਆਂ ਫੀ ਪਰਤੀ ਕੀਲੇ ਅੱਛਾ ਪਹਿਲਾਂ ਜੀ ਆਏ ਅਤੇ ਗੱਡੀਆਂ ਚੜ੍ਹ ਕੇ 2-2, 4-4 ਜੀ ਅੱਛਾ ਹਾਂ ਉਹਦੀ ਜ਼ਮੀਨ ਪਵਾ ਲਈ ਇੱਧਰ ਪਵਾ ਲਈ ਐਂ ਪਵਾ ਲਈ ਅੱਛਾ ਠੀਕ ਠੀਕ ਜੀ ਹੁਣ ਤਾਂ ਇੱਥੇ ਤਾਂ ਪਿਛਲਾ ਜੀ ਤਾਂ ਹੁਣ ਕੋਈ ਨਹੀਂ ਐਸੀ ਜਿਹੜੇ ਨਿਆਣੇ ਉੱਧਰੋਂ ਆਏ 18-18 16-16 ਸਾਲ ਦਾ ਤਾਂ ਇੱਕ ਜੀ ਇੱਕ ਰਹਿੰਦਾ ਹੋਰ ਬੰਦਾ ਕਿਹੜਾ ਉਹ ਮੀਦਾ ਉਹਦੇ ਨਾਮ ਮੀਦਾ ਅੱਛਾ ਉਹਦਾ ਬਾਪ ਮਾਰਿਆ ਤਾ ਉੱਥੇ ਫੱਤਾ ਉਹਦੇ ਨਾਮ ਉਹ ਆ ਮੇਰੇ ਹਾਣ ਦਾ ਅਤੇ ਉਹ ਕਿੱਥੇ ਬੈਠਾ ਇੱਥੇ ਹੀ ਬੈਠਾ ਉਹ ਗੁਰਦੁਆਰੇ 'ਚ ਬੈਠੇ ਆ ਉਹ ਅੱਛਾ ਹਾਂ ਉਹ ਨਹੀਂ ਸਾਧ ਲਿਆ ਉਹ ਕੁਛ ਸਵਾਰ ਕੇ ਦੱਸੂ ਤੁਹਾਨੂੰ ਨਹੀਂ ਆਪਾਂ ਗੁਰਦੁਆਰੇ ਚਲੇ ਚੱਲਾਂਗੇ ਉੱਥੇ ਇਹਨੂੰ ਬਹਿ ਕੇ ਗੱਲਬਾਤ ਕਰ ਲਾਂਗੇ ਆਹੋ ਮੀਦਾ ਉਹਦੇ ਨਾਲ ਅੱਛਾ ਮੀਦਾ ਠੀਕ ਮੀਦਾ ਉਹਦਾ ਭਾਈ ਇੱਕ ਹਾਜੀ ਸਤਾਰ ਵਾ ਇੱਕ ਕਪੂਰ ਤਾਂ ਉਹ ਮਰ ਗਿਆ ਮੀਦਾ ਮੇਰੇ ਹਾਣ ਦਾ ਬੜਾ ਦਾ ਪਿੱਛੇ ਹਾਲ ਵੀ ਵਾਹਦਾ ਦਾ ਸਭ ਉਹ ਕਰਦਾ ਅੱਛਾ ਆਪਾਂ ਨਾ ਥੋੜ੍ਹਾ ਜਿਹਾ ਫਿਰ ਪਿੱਛੇ ਚੱਲਦੇ ਹਾਂ ਇਹ ਇੱਕ ਹਮੀਦ ਵਾ ਸਿੰਧੀਆ ਉਹ ਕੋਲੇ ਆ ਉਹ ਮੀਦੇ ਦੇ ਘਰ ਦੇ ਉਹਦਾ ਊਂ ਨਹੀਂ ਪਤਾ ਬਾਪੇ ਆ ਉਹਦਾ ਅੱਛਾ ਹੱਲਾ ਪਿਆ ਸੀਗਾ ਹਾਂ ਕੂੰਬ ਹੱਲਾ ਉੱਥੋਂ ਹੀ ਉਤਰੇ ਆ ਸਿੱਖ
ਹਾਂ ਕੋਕੂਮ ਵੀ ਵਿਹਲੀ ਹੋਤੀ ਭਾਗਪੁਰ ਭਾਗਪੁਰ ਵੀ ਸਾਡਾ ਉਵੇਂ ਉਹ ਕੰਢੇ ਪਿੰਡ ਦਾ ਭਾਗਪੁਰੀ ਇਹ ਮੁਸਲਮਾਨਾਂ ਦੇ ਪਿੰਡ ਦੇ ਮਾਨਗੜ੍ਹ ਵੀ ਹੀਰਾਂ ਅਸੀਂ ਤਾਂ ਇਹ ਸੁਣਦੇ ਵੀ ਇਹ ਭਾਗਪੁਰ ਅਤੇ ਮੁਸਲਮਾਨਾਂ ਨੇ ਹਮਲਾ ਕੀਤਾ ਵੀ ਇਹਨਾਂ ਨੂੰ ਪਤਾ ਲੱਗਾ ਸੀ ਵੀ ਉੱਥੇ ਗੁਰਦੁਆਰੇ ਸਿੱਖ ਇਕੱਠੇ ਹੁੰਦੇ ਪਏ ਹਮਲਾ ਕਰਨ ਲਈ ਅਤੇ ਮੁਸਲਮਾਨਾਂ ਨੇ ਪਹਿਲੇ ਹਮਲਾ ਕਰਤਾ ਉੱਥੇ ਜਾ ਕੇ ਉਹ ਆਹੋ ਜੀ ਉਹ ਕੀਤਾ ਤਾ ਉਹ ਕੀਤਾ ਤਾ ਉੱਥੇ ਨਾਲ ਆਏ ਹਾਂ ਦੂਜੇ ਦਿਨ ਫਿਰ ਹੱਲਾ ਪਿਆ ਇਹ ਭਾਗਪੁਰੇ ਦਾ ਸਿੱਖਾਂ ਦਾ ਅੱਧਾ ਭਾਗਪੁਰਾ ਸਿੱਖਾਂ ਦਾ ਤਾਂ ਅੱਧਾ ਮੁਸਲਮਾਨਾਂ ਦਾ ਤਾਂ ਉੱਥੇ ਮੁਸਲਮਾਨ ਇੰਗਲਿਸ਼ ਔਰਤ ਜਾ ਕੇ ਹੱਲਾ ਕਰਤਾ ਆਲੇ ਦੁਆਲੇ ਦੇ ਨੇ ਮਾਰਿਆ ਮੂਰਿਆ ਤਾਂ ਕੋਈ ਨਹੀਂ ਸਿੱਖ ਲੋਕ ਕੇ ਇੱਕ ਦੋ ਕੇ ਮਾਰੇ ਤਿੰਨ ਮਾਹ ਲੈ ਕੇ ਆ ਗਏ ਦੁਨੀਆ ਦੂਜੇ ਦਿਨ ਫਿਰ ਬੋਲੇ ਆ ਅੱਛਾ ਹੁਣ ਕਦੀ ਤੁਹਾਨੂੰ ਆਪਣਾ ਪਿੰਡ ਯਾਦ ਆਇਆ ਹਾਂ ਫਿਰ ਪਿੰਡ ਆਉਂਦਾ ਹੀ ਆ ਯਾਦ ਬਲੀਵਾਲ ਕੀ ਯਾਦ ਆਉਂਦਾ ਪਿੰਡ ਦਾ ਪਿੰਡ ਦਾ ਸਾਰੀ ਜਾਇਦਾਦ ਸਾਰੀ ਯਾਦ ਆਉਂਦੀ ਆ ਖੂਹ ਮਾਲ ਪਸ਼ੂ ਚਾਰਦੇ ਹੁੰਦੇ ਤੇ ਅੱਛਾ ਜੇ ਤੁਹਾਨੂੰ ਅੱਜ ਮੌਕਾ ਮਿਲੇ ਪਿੰਡ ਜਾਣ ਦਾ ਤਾਂ ਚਲੇ ਜਾਓਗੇ ਅੱਜ ਹੀ ਹੁਣ ਤਾਂ ਬੱਸ ਆ ਹੁਣ ਨਹੀਂ ਮੌਕਾ ਮਿਲਣਾ ਦੇਖਣਾ ਗਾਹਾਂ ਦੀ ਤਿਆਰੀ ਆ ਜੀ ਅੱਛਾ ਦਿਲ ਕਰਦਾ ਵੈਸੇ ਹਾਂ ਦਿਲ ਤਾਂ ਮੋਹਰੇ ਫਿਰਦੀ ਹੈ ਜੂ ਸਾਰੀ ਉਹ ਸਾਡੇ ਛੋਟੇ ਹੁੰਦੇ ਦੀ ਖੇਡਾਂ ਯਾਦ ਆਉਂਦੀਆਂ ਬੇਲੀ ਯਾਦ ਆਉਂਦੀ ਹਾਂ ਜੀ ਅੱਛਾ ਲੁਧਿਆਣੇ ਕੋਈ ਰੋਸ਼ਨੀ ਲੱਗਦੀ ਹੁੰਦੀ ਸੀ ਕਿ ਉਹ ਕਿਤੇ ਦੇਖੀ ਤੁਸੀਂ ਦੇ ਰੋਸ਼ਨੀ ਦੇਖੀ ਅੱਛਾ ਹੁਣ ਲੱਗਦੀ ਸੀ ਖੇਤ ਨੂੰ ਅੱਛਾ ਰਾਗੀ ਰੋਗੀ ਆਉਂਦੇ ਨਹੀਂ ਜੀ ਮੈਂ ਔਖਾ ਬਹੁਤਾ ਅੱਛਾ ਚਲੋ ਫਿਰ ਕੋਈ ਨਹੀਂ ਅੱਛਾ ਇਹ ਦੱਸੋ ਆਪਣੇ ਵਿਆਹ ਦੀ ਗੱਲ ਸੁਣਾ ਦਿਓ ਫਿਰ ਚਲੇ ਜਾਈਏ ਵਿਆਹ ਦਾ ਹੀ ਸਾਡਾ ਇੱਥੇ ਹੀ ਹੋਇਆ ਅੱਛਾ ਜਦ ਆਏ ਹਾਂ ਉੱਜੜ ਕੇ ਦੂਏ ਸਾਲ ਭੂਆ ਦੇ ਘਰੇ ਦਾ ਵਿਆਹ ਹੈ ਮਾਮਿਆਂ ਦੇ ਅੱਛਾ ਮੰਗਣਾ ਪਹਿਲੇ ਹੋਇਆ ਸੀਗਾ ਹਾਂ ਉੱਧਰ ਲਈ ਦਾ ਛੋਟੇ ਹੁੰਦੇ ਹੀ ਦਿੱਤੇ ਜੀ ਉੱਧਰ ਅੱਛਾ ਸਾਡੀ ਭੂਆ ਤੇ ਉਹਨੇ ਆਪਣੀ ਕੁੜੀ ਤੇ ਭੂਆ ਵੀ ਤੁਹਾਡੇ ਨੇੜੇ ਰਹਿੰਦੀ ਸੀਗੀ ਹਾਂ ਉਸੇ ਪਿੰਡ 'ਚ ਰਹਿੰਦੀ ਇੱਕੋ ਪਿੰਡ 'ਚ ਅੱਛਾ ਬਲੀਵਾਲ 'ਚ ਜਿੱਥੇ ਫਿਰ ਨਾਨਕੇ ਦੇ ਉਹਨਾਂ 'ਚ ਬੱਟੇ ਇੱਥੇ ਇੱਥੇ ਜਦੋਂ ਤੁਹਾਡਾ ਵਿਆਹ ਹੋਇਆ ਹਾਂ ਜਾਂ ਇੱਥੇ ਹੀ ਉਹ ਇੱਥੇ ਹੀ ਉਹ ਵੀ ਇੱਥੇ ਸੀਗਾ ਹਾਂ ਫਿਰ ਤਾਂ ਬਰਾਤ ਬਹੁਤ ਹੀ ਦੂਰ ਦੀ ਜਾਣੀ ਪਈ ਨਹੀਂ ਆ ਬਰਾਤ ਦਾ ਨਿਕਾਹ ਹੋਇਆ ਜੀ ਜਦ ਕਹਿੰਦੇ ਦੇ ਦਾ ਨਿਕਾਹ ਉੱਜੜ ਕੇ ਆਏ ਤੇ ਜਾ ਕੇ ਆਤਾ ਜੀ ਦੂਏ ਸਾਲ ਹੋ ਗਿਆ ਤੀਏ ਸਾਲ ਨਿਕਾਹ ਫਿਰ ਤੁਹਾਡੇ ਚੁੱਕ ਪਿੱਛੇ ਮੁੜ ਕੇ ਵੀ ਨਹੀਂ ਗਿਆ ਪਿੰਡ ਦੇਖਣ ਲਈ ਨਹੀਂ ਕੋਈ ਨਹੀਂ ਗਿਆ ਅੱਛਾ ਇਸ ਵਕਤ ਮੈਂ ਢੋਲਣ ਪਿੰਡ ਦੇ ਵਿੱਚ ਹੈ ਚਲੋ ਜੀ ਅੱਛਾ ਬੜੀ ਮਿਹਰਬਾਨੀ ਇੱਥੇ ਮੈਨੂੰ ਆਹ ਚੁਬਾਰਾ ਦਿਖਿਆ ਠੀਕ ਹੈ